ਆ ਦੇਖੋ ਨਸ਼ਾ ਤਸਕਰ ਨੇ ਘਰ 'ਚ ਹੀ ਬਣਾ ਰੱਖੀ ਸੀ ਖੁਫੀਆ ਅਲਮਾਰੀ। ਮੌਕੇ ਤੇ ਪੁਲਿਸ ਨੇ ਰੇਡ ਮਾਰ ਕੇ ਬਾਹਰ ਕੱਢੀ 60 ਲੱਖ ਦੀ ਨਕਦੀ। ਤਾਂ ਦੱਸਦੀ ਕਿ ਇਸ ਨਸ਼ਾ ਤਸਕਰ ਦੇ ਵੱਲੋਂ ਆਪਣੇ ਘਰ ਦੇ ਵਿੱਚ ਇੱਕ ਖੁਫੀਆ ਅਲਮਾਰੀ ਬਣਾ ਕੇ ਰੱਖੀ ਸੀ, ਜਿਸ ਦੇ ਵਿੱਚ ਇਸ ਦੇ ਵੱਲੋਂ 60 ਲੱਖ ਦੇ ਕਰੀਬ ਦੀ ਨਕਦੀ ਲੁਕੋ ਕੇ ਰੱਖੀ ਹੋਈ ਸੀ। ਤਾਂ ਮੌਕੇ ਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ। ਤਾਂ ਜਿਵੇਂ ਹੀ ਪੁਲਿਸ ਰੇਡ ਕਰਨ ਪਹੁੰਚਦੀ ਹੈ ਤਾਂ ਉਹਨਾਂ ਨੂੰ ਬੈੱਡਰੂਮ ਦੇ ਅੰਦਰ ਪੈਸਿਆਂ ਦੇ ਨਾਲ ਭਰੀ ਇਹ ਗੁਪਤ ਅਲਮਾਰੀ ਮਿਲਦੀ ਹੈ, ਜਿਸ ਦੇ ਵਿੱਚ 69,10,000 ਰੁਪਏ ਦੀ ਨਕਦੀ ਮੌਕੇ ਤੋਂ ਬਰਾਮਦ ਹੁੰਦੀ ਹੈ। ਤਾਂ ਪੁਲਿਸ ਦੀ ਸੂਚਨਾ ਮਿਲਣ 'ਤੇ ਇਹ ਤਸਕਰ ਪਹਿਲਾਂ ਹੀ ਆਪਣੇ ਘਰ ਤੋਂ ਫਰਾਰ ਹੋ ਗਿਆ ਸੀ। ਤਾਂ ਪੁਲਿਸ ਦੇ ਵੱਲੋਂ ਇਸ ਦੇ ਘਰ ਦੀ ਛਾਪੇਮਾਰੀ ਕੀਤੀ ਗਈ, ਜਿਸ ਦੇ ਵਿੱਚ ਉਸਦੇ ਘਰ ਦੇ ਵਿੱਚੋਂ ਇਹ ਇੱਕ ਖੁਫੀਆ ਅਲਮਾਰੀ ਮਿਲੀ ਹੈ। ਤਾਂ ਮੌਕੇ 'ਤੇ ਇਹ ਵੀਡੀਓ ਵੀ ਬਣਾ ਲਈ ਗਈ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤਾਂ ਦੱਸ ਦਈਏ ਕਿ ਹਿਮਾਚਲ ਦੇ ਸਿਰਮੌਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਕਿ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਤਾਂ ਨਸ਼ਾ ਤਸਕਰ ਦੇ ਵੱਲੋਂ ਆਪਣੇ ਪੈਸਿਆਂ ਨੂੰ ਇੱਕ ਖੁਫੀਆ ਅਲਮਾਰੀ ਦੇ ਵਿੱਚ ਲੁਕੋ ਕੇ ਰੱਖਿਆ ਸੀ। ਤਾਂ ਲੋਕਾਂ ਨੂੰ ਨਸ਼ਾ ਵੇਚ ਕੇ ਇਸ ਦੇ ਵੱਲੋਂ ਇਹ ਸਾਰੀ ਨਕਦੀ ਇਕੱਠੀ ਕੀਤੀ ਗਈ ਸੀ, ਜਿਸ ਤੋਂ ਬਾਅਦ ਘਰ ਦੇ ਬੈੱਡਰੂਮ ਦੇ ਵਿੱਚ ਇਸ ਦੇ ਵੱਲੋਂ ਇਹ ਖੁਫੀਆ ਅਲਮਾਰੀ ਬਣਾਈ ਗਈ ਅਤੇ ਸਾਰੀ ਨਕਦੀ ਉਸਦੇ ਵਿੱਚ ਜਮ੍ਹਾਂ ਕਰਕੇ ਰੱਖਦਾ। ਤਾਂ ਮੌਕੇ 'ਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਅਤੇ ਸਾਰੀ ਨਕਦੀ ਬਰਾਮਦ ਕਰ ਲਈ ਜਾਂਦੀ ਹੈ। ਬਣਾਏ ਇਸਕੋ ਮੈਂ ਅੰਦਰ ਬਾਹਰ ਕਰੂੰਗਾ ਸਲਾਈਡ ਇਸ ਵਾਲੀ ਜਗ੍ਹਾ ਆ ਦੇਖੋ ਨਸ਼ਾ ਤਸਕਰ ਨੇ ਘਰ 'ਚ ਹੀ ਬਣਾ ਰੱਖੀ ਸੀ ਖੁਫੀਆ ਅਲਮਾਰੀ। ਮੌਕੇ 'ਤੇ ਪੁਲਿਸ ਨੇ ਰੇਡ ਮਾਰ ਕੇ ਬਾਹਰ ਕੱਢੀ 60 ਲੱਖ ਦੀ ਨਕਦੀ। ਤਾਂ ਦੱਸਦੀ ਕਿ ਇਸ ਨਸ਼ਾ ਤਸਕਰ ਦੇ ਵੱਲੋਂ ਆਪਣੇ ਘਰ ਦੇ ਵਿੱਚ ਇੱਕ ਖੁਫੀਆ ਅਲਮਾਰੀ ਬਣਾ ਕੇ ਰੱਖੀ ਸੀ, ਜਿਸ ਦੇ ਵਿੱਚ ਇਸ ਦੇ ਵੱਲੋਂ 60 ਲੱਖ ਦੇ ਕਰੀਬ ਦੀ ਨਕਦੀ ਲੁਕੋ ਕੇ ਰੱਖੀ ਹੋਈ ਸੀ। ਤਾਂ ਮੌਕੇ 'ਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ। ਤਾਂ ਜਿਵੇਂ ਹੀ ਪੁਲਿਸ ਰੇਡ ਕਰਨ ਪਹੁੰਚਦੀ ਹੈ ਤਾਂ ਉਹਨਾਂ ਨੂੰ ਬੈੱਡਰੂਮ ਦੇ ਅੰਦਰ ਪੈਸਿਆਂ ਦੇ ਨਾਲ ਭਰੀ ਇਹ ਗੁਪਤ ਅਲਮਾਰੀ ਮਿਲਦੀ ਹੈ, ਜਿਸ ਦੇ ਵਿੱਚ 69,10,000 ਰੁਪਏ ਦੀ ਨਕਦੀ ਮੌਕੇ ਤੋਂ ਬਰਾਮਦ ਹੁੰਦੀ ਹੈ। ਤਾਂ ਪੁਲਿਸ ਦੀ ਸੂਚਨਾ ਮਿਲਣ 'ਤੇ ਇਹ ਤਸਕਰ ਪਹਿਲਾਂ ਹੀ ਆਪਣੇ ਘਰ ਤੋਂ ਫਰਾਰ ਹੋ ਗਿਆ ਸੀ। ਤਾਂ ਪੁਲਿਸ ਦੇ ਵੱਲੋਂ ਇਸ ਦੇ ਘਰ ਦੀ ਛਾਪੇਮਾਰੀ ਕੀਤੀ ਗਈ, ਜਿਸ ਦੇ ਵਿੱਚ ਉਸਦੇ ਘਰ ਦੇ ਵਿੱਚੋਂ ਇਹ ਇੱਕ ਖੁਫੀਆ ਅਲਮਾਰੀ ਮਿਲੀ ਹੈ। ਤਾਂ ਮੌਕੇ 'ਤੇ ਇਹ ਵੀਡੀਓ ਵੀ ਬਣਾ ਲਈ ਗਈ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤਾਂ ਦੱਸ ਦਈਏ ਕਿ ਹਿਮਾਚਲ ਦੇ ਸਿਰਮੌਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਕਿ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਤਾਂ ਨਸ਼ਾ ਤਸਕਰ ਦੇ ਵੱਲੋਂ ਆਪਣੇ ਪੈਸਿਆਂ ਨੂੰ ਇੱਕ ਖੁਫੀਆ ਅਲਮਾਰੀ ਦੇ ਵਿੱਚ ਲੁਕੋ ਕੇ ਰੱਖਿਆ ਸੀ। ਤਾਂ
ਲੋਕਾਂ ਨੂੰ ਨਸ਼ਾ ਵੇਚ ਵੇਚ ਕੇ ਇਸਦੇ ਵੱਲੋਂ ਇਹ ਸਾਰੀ ਨਕਦੀ ਇਕੱਠੀ ਕੀਤੀ ਗਈ ਸੀ, ਜਿਸ ਤੋਂ ਬਾਅਦ ਘਰ ਦੇ ਬੈੱਡਰੂਮ ਦੇ ਵਿੱਚ ਇਸਦੇ ਵੱਲੋਂ ਇਹ ਖੁਫੀਆ ਅਲਮਾਰੀ ਬਣਾਈ ਗਈ ਅਤੇ ਸਾਰੀ ਨਕਦੀ ਉਸਦੇ ਵਿੱਚ ਜਮ੍ਹਾਂ ਕਰਕੇ ਰੱਖਦਾ ਹੈ। ਤਾਂ ਮੌਕੇ 'ਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਅਤੇ ਸਾਰੀ ਨਕਦੀ ਬਰਾਮਦ ਕਰ ਲਈ ਜਾਂਦੀ ਹੈ। आप बनाए इसको, मैं अंदर बाहर करूंगा स्लाइड। इधर या इस वाली जगह से। अच्छा छोड़ दे, छोड़। दोबारा निकाल। हाँ।